ਰਾਤ ਝੱਖੜ ਕਰਕੇ ਨਹਿਰ 'ਚ ਕਚਰਾ ਬਹੁਤ ਆ ਗਿਆ ਸੀ। ਤੂਤਾਂ ਵਾਲੀ ਝਾਲ ਬਿਲਕੁਲ ਬੰਦ ਹੋ ਚੁੱਕੀ ਹੈ। ਨਾ ਤਾਂ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ, ਨਾ ਕੋਈ ਬੇਲਦਾਰ ਪਹੁੰਚਿਆ। ਜ਼ਿਮੀਦਾਰ ਆਪ ਕਚਰਾ ਕੱਢਣ ਲਈ ਮਜਬੂਰ ਹੋਏ ਪਏ ਆ। ਜੇ ਜਲਦੀ ਤੋਂ ਕਚਰਾ ਨਾ ਕੱਢਿਆ ਗਿਆ ਤਾਂ ਨਹਿਰ ਟੁੱਟ ਜੂਗੀ, ਜਿਸ ਨਾਲ ਜ਼ਿਮੀਦਾਰਾਂ ਦਾ ਬਹੁਤ ਨੁਕਸਾਨ ਹੋਊਗਾ ਜੀ। ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਭਾਰੀ ਬਰਸਾਤ ਤੋਂ ਬਾਅਦ ਲੋਕਾਂ ਨੇ ਰਾਹਤ ਦੀ ਸਾਹ ਲਈ ਹੈ, ਉੱਥੇ ਹੀ ਹਨੇਰੀ ਝੱਖੜ ਦੇ ਨਾਲ ਲੋਕਾਂ ਦੇ ਵੀ ਵੱਡੇ ਨੁਕਸਾਨ ਹੋਏ ਨੇ। ਤਾਂ ਦੱਸ ਦਈਏ ਕਿ ਇਸ ਦੌਰਾਨ ਇੱਕ ਪਿੰਡ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਬਿਜਲੀ ਦੀਆਂ ਤਾਰਾਂ ਜੋ ਨੇ ਉਹ ਖੰਭੇ ਜੋ ਨੇ ਉਹ ਜ਼ਮੀਨ 'ਤੇ ਡਿੱਗੇ ਨੇ ਅਤੇ ਉਹਨਾਂ ਨੂੰ ਟਰੈਕਟਰ ਦੀ ਮਦਦ ਦੇ ਨਾਲ ਸਾਈਡ ਦੇ ਵਿੱਚ ਕੀਤਾ ਜਾ ਰਿਹਾ। ਅਤੇ ਇਸ ਦੇ ਨਾਲ ਹੀ ਕਈ ਤਸਵੀਰਾਂ ਨਹਿਰ ਤੋਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਨਹਿਰ ਦੇ ਕਿਨਾਰੇ 'ਤੇ ਕਈ ਸੁੱਕੇ ਦਰਖਤ ਲੱਗੇ ਹੋਏ ਸੀ। ਤੇਜ਼ ਹਨੇਰੀ ਅਤੇ ਝੱਖੜ ਦੇ ਕਾਰਨ ਉਹ ਵੀ ਨਹਿਰ ਦੇ ਵਿੱਚ ਡਿੱਗੇ ਨੇ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਖੁਦ ਹੀ ਮੋਰਚਾ ਸਾਂਭਦੇ ਹੋਏ ਨਹਿਰਾਂ ਦੀ ਸਫਾਈ ਸ਼ੁਰੂ ਕੀਤੀ ਹੈ। ਲੋਕਾਂ ਦਾ ਕਹਿਣਾ ਕਿ ਜੇਕਰ ਇਹ ਦਰਖਤ ਸਮਾਂ ਰਹਿੰਦੇ ਨਹਿਰ ਦੇ ਵਿੱਚੋਂ ਨਾ ਕੱਢੇ ਗਏ ਤਾਂ ਹੋ ਸਕਦਾ ਕਿ ਵੱਡਾ ਨੁਕਸਾਨ ਹੋ ਸਕਦਾ, ਕਿਉਂਕਿ ਇਸ ਦੇ ਨਾਲ ਨਹਿਰ ਦੇ ਟੁੱਟਣ ਦਾ ਵੀ ਖਤਰਾ ਬਣਿਆ ਰਹਿੰਦਾ। ਤਾਂ ਦੱਸ ਦਈਏ ਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲੋਕ ਖੁਦ ਹੀ ਨਹਿਰ ਦੇ ਵਿੱਚ ਉਤਰ ਕੇ ਸਫਾਈ ਕਰ ਰਹੇ ਨੇ ਅਤੇ ਇਸ ਦੇ ਨਾਲ ਹੀ ਕਈ ਤਸਵੀਰਾਂ ਬਿਜਲੀ ਦੇ ਖੰਭੇ ਦੇ ਟੁੱਟੇ ਹੋਣ ਦੀਆਂ ਵੀ ਸਾਹਮਣੇ ਆਈਆਂ ਨੇ, ਜਿਸ ਨੂੰ ਕਿ ਟਰੈਕਟਰ ਦੀ ਮਦਦ ਦੇ ਨਾਲ ਸਾਈਡ ਦੇ ਵਿੱਚ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਬੀਤੇ ਦਿਨਾਂ ਪੰਜਾਬ 'ਚ ਕਈ ਥਾਵਾਂ ਦੇ ਉੱਤੇ ਗੜੇਮਾਰੀ ਹੋਈ ਹੈ, ਤੇਜ਼ ਹਨੇਰੀ ਚੱਲੀ ਹੈ, ਝੱਖੜ ਚੱਲਿਆ, ਜਿਸ ਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ। ਕਿਸਾਨ ਸਾਥੀਓ, ਅੱਜ ਅਸੀਂ ਦੌਲਤਪੁਰਾ ਮਾਈਨਰ ਅਤੇ ਪੰਜਾਬ ਤੋਂ ਤੂਤਾਂ ਵਾਲੀ ਦੇ ਵਿਚਾਲੇ ਜੋ ਝਾਲ ਆ ਉਹ ਝੱਖੜ ਆਉਣ ਕਾਰਨ ਬੰਦ ਹੋ ਗਈ ਸੀ, ਉਹਨੂੰ ਖੋਲ੍ਹਿਆ ਹੁਣੇ ਹੁਣੇ ਅਤੇ ਨਹਿਰਾਂ ਸਮਝੋ ਟੁੱਟੀ ਗਈ ਸੀ, ਟੁੱਟਣੋਂ ਬਚਾਈ ਬੜੀ ਮੁਸ਼ਕਲ ਨਾਲ। ਇਹਦੀ ਵਜ੍ਹਾ ਮੇਨ ਬਣੀ ਹੈ ਜੀ ਜਿਹੜੇ ਸੁੱਕੇ ਦਰਖਤ ਲੱਗੇ ਨੇ ਨਹਿਰਾਂ 'ਤੇ। ਆਹ ਨਹਿਰ 'ਤੇ ਜਿੰਨੇ ਵੀ ਸੁੱਕੇ ਦਰਖਤ ਲੱਗੇ ਨੇ ਪਿਛਲੇ ਲੰਬੇ ਸਮੇਂ ਤੋਂ ਸਾਡੀ ਇਹ ਮੰਗ ਰਹੀ ਹੈ ਵੀ ਇਹਨਾਂ ਨੂੰ ਪਟਾਇਆ ਜਾਵੇ ਤਾਂ ਜੋ ਸਾਡਾ ਹਰ ਸੀਜ਼ਨ ਆ, ਅੱਜ ਦੇ ਦਿਨਾਂ 'ਚ ਸਾਨੂੰ ਪਾਣੀ ਦੀ ਲੋੜ ਹੁੰਦੀ ਆ ਅਤੇ ਹਰ ਸੀਜ਼ਨ ਆ ਕੇ ਸਾਡਾ ਨੁਕਸਾਨ ਕਰਦੇ ਆ। ਨਹਿਰ ਮਹਿਕਮੇ ਦਾ ਵੀ ਨੁਕਸਾਨ ਹੁੰਦਾ ਔਰ ਕਿਸਾਨਾਂ ਦਾ ਵੱਧ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੁੰਦਾ। ਸੋ ਸਾਡੀ ਅਪੀਲ ਆ ਅਤੇ ਮੰਗ ਵੀ ਆ ਮਹਿਕਮੇ ਨੂੰ, ਨਹਿਰ ਮਹਿਕਮੇ ਨੂੰ ਖਾਸ ਕਰਕੇ, ਵੀ ਇਸ ਮਹਿਕਮੇ ਜੰਗਲਾਤ ਮਹਿਕਮੇ ਜਿਹੜਾ ਇੱਕ ਨਾਂ ਦਾ ਮਹਿਕਮਾ ਆ ਇਹਨੂੰ ਚਿੱਠੀਆਂ ਕੱਢ ਕੇ ਰਿਟਨ ਦੇ ਵਿੱਚ ਅਤੇ ਇਹਨੂੰ 10 ਤੋਂ 15 ਦਿਨਾਂ ਦੇ ਵਿੱਚ ਸੁੱਕੇ ਦਰਖਤਾਂ ਨੂੰ ਪਟਾਇਆ ਜਾਵੇ। ਅੱਗੇ ਵੀ ਅਸੀਂ ਬਹੁਤ ਵਾਰ ਅਪੀਲ ਕਰ ਚੁੱਕੇ ਹਾਂ, ਅਸੀਂ ਇਹ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦੇ, ਨਹੀਂ ਤਾਂ ਫਿਰ ਕਿਸਾਨ ਆਪਣੇ ਆਪੋ ਆਪਣੇ ਘਰਾਂ ਨੂੰ ਲੈ ਜਾਣਗੇ, ਫਿਰ ਚਾਹੇ ਜਿੰਨੇ ਮਰਜ਼ੀ ਪਰਚੇ ਕਰ ਲਓ, ਫਿਰ ਕਿਸਾਨਾਂ ਨੇ ਤੁਹਾਡੀ ਗੱਲ ਇੱਕ ਨਹੀਂ ਸੁਣਨੀ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੌਲਤਪੁਰਾ ਜਿਹੜੀ ਤੂਤਾਂ ਚੱਲਦੇ ਉੱਥੋਂ ਨਹਿਰ ਕੱਲ੍ਹ ਰਾਤ ਹਨੇਰੀ ਆਉਣ ਦੇ ਕਾਰਨ ਜਿਹੜਾ ਪਿੱਛੋਂ ਆ ਸੁੱਕੇ ਦਰਖਤਾਂ ਦੇ ਜਿਹੜਾ ਸਾਰੇ ਦਰਖਤ ਟੁੱਟ ਕੇ ਜਿਹੜਾ ਅਗਾਂਹ ਝਾਲ 'ਚ ਫਸ ਗਏ ਅਤੇ ਉੱਥੇ ਝਾਲ ਪੂਰੀ ਤਰ੍ਹਾਂ ਬੰਦ ਹੋ ਗਈ, ਉਹਦੇ ਕਾਰਨ ਨਹਿਰ ਓਵਰਫਲੋ ਹੋ ਕੇ ਨਹਿਰ 2-3 ਥਾਂ ਤੋਂ ਟੁੱਟਣ ਚੱਲੀ ਸੀ। ਅਤੇ ਸੋ ਕਿਸਾਨ ਇੱਥੋਂ ਦੇ ਆਏ, ਕਿਸਾਨਾਂ ਨੇ ਜਿਹੜੀ ਇਹ ਨਹਿਰ ਪਹੁੰਚਾਈ, ਨਾਲ ਤੁਹਾਨੂੰ ਬਾਗ ਦੇ ਵਿੱਚ ਵੀ ਵਿਖਾਇਆ ਵੀ ਕਿਵੇਂ ਪਾਣੀ ਭਰਿਆ, ਸਾਰਾ ਪਾਣੀ ਨਹਿਰ ਦੇ ਓਵਰਫਲੋ ਹੋਣ ਕਰਕੇ ਭਰਿਆ। ਪਰ ਇਹਦਾ ਜਿਹੜਾ ਮੇਨ ਕਾਰਨ ਹੈ ਉਹ ਹੈਗੇ ਸੁੱਕੇ ਦਰਖਤ। ਦਰਖਤ ਜਿੰਨਾ ਚਿਰ ਇੱਥੋਂ ਪੱਟੇ ਨਹੀਂ ਜਾਂਦੇ, ਅਤੇ ਪ੍ਰਸ਼ਾਸਨ ਨੂੰ ਹੁਣ ਤੱਕ ਬੜੀ ਵਾਰੀ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਵੀ ਇਹ ਜਿਹੜੇ ਸੁੱਕੇ ਦਰਖਤ ਨੇ ਪੱਟੇ ਜਾਣ, ਅਸੀਂ ਨਹਿਰੀ ਪ੍ਰਸ਼ਾਸਨ ਨੂੰ ਵੀ ਲਿਖਦੇ ਹਾਂ। ਪਰ ਜਿਹੜਾ ਸਾਡਾ ਇੱਥੇ ਹੈਗਾ ਆ ਵਨ ਵਿਭਾਗ, ਇਹਨਾਂ ਨੂੰ ਜੇ ਤਾਂ ਇੱਥੋਂ ਕੋਈ ਦਾਤਣ ਤੋੜ ਕੇ ਲੈ ਜਾਵੇ ਤਾਂ ਉਹਦੇ 'ਤੇ ਪਰਚਾ ਕਰ ਦਿੰਦੇ ਆ। ਪਰ ਜੇ ਆ ਜਿਹੜੇ ਐਡੇ ਐਡੇ ਸੁੱਕੇ ਸੁੱਕੇ ਦਰਖਤ ਨਹੀਂ ਵੇਖਦੇ, ਇਹਨਾਂ ਸੁੱਕਿਆਂ ਦਰਖਤਾਂ ਕਰਕੇ ਪਤਾ ਨਹੀਂ ਕਿੰਨੇ 100 ਵਾਰੀ ਇਹ ਨਹਿਰਾਂ ਇੱਥੋਂ ਟੁੱਟ ਗਈਆਂ ਨੇ। ਇਹਨਾਂ ਨੂੰ ਇਹ ਕੋਈ ਪਰਵਾਹ ਨਹੀਂ ਵੀ ਕਿਸਾਨ ਦੀ ਨਹਿਰ ਟੁੱਟ ਜਾਂਦੀ ਹੈ। ਨਹਿਰ ਟੁੱਟਣ ਦੇ ਨਾਲ ਕਿਸਾਨ ਇੱਕ ਮਰਿਆ ਬਰਾਬਰ ਹੀ ਹੋ ਜਾਂਦਾ, ਜ਼ਿੰਦਗੀ ਨਹੀਂ ਰਹਿੰਦੀ, ਉੱਤੋਂ ਔੜਦੀਆਂ ਟਾਈਮ ਹੈ। ਅੱਜ ਦੀ ਪਿਛਲੇ ਦਿਨ ਵੀ ਨਹਿਰ ਟੁੱਟ ਗਈ, ਬਾਗ ਸੁੱਕਦੇ ਪਏ ਆ, ਬਜਾਂਦ ਕੋਈ ਹੋਈ ਨਹੀਂ, ਅਤੇ ਕਿਸਾਨ ਜਾਊਗਾ ਕਿੱਧਰ ਜੇ ਉੱਤੋਂ ਨਹਿਰ ਆ ਫਿਰ ਟੁੱਟ ਜੇ। ਪਹਿਲਾਂ ਨਹਿਰ ਆਈ ਨਹੀਂ, ਜੇ ਆਈ ਤਾਂ ਨਹਿਰ ਪਿੱਛੋਂ ਟੁੱਟ ਗਈ, ਅੱਜ ਇੱਥੋਂ ਟੁੱਟ ਜਾਂਦੀ ਤਾਂ ਕਿਸਾਨ ਕਰੇ ਕੀ? ਅਤੇ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਜਦੋਂ ਝੱਖੜ ਹਨੇਰੀ ਦਾ ਪਤਾ ਲੱਗਦਾ ਆ ਉਹ ਸਾਰੇ ਪ੍ਰਸ਼ਾਸਨ ਨੂੰ ਹੀ ਪਤਾ ਲੱਗ ਜਾਂਦਾ, ਅਤੇ ਘੱਟੋ ਘੱਟ ਆਪਦੇ ਬੇਲਦਾਰ ਜਿਹੜੇ ਥੱਲੇ ਰੱਖੇ ਹੁੰਦੇ ਆ ਜਈ ਉਹਨਾਂ ਨੂੰ ਕਹਿ ਕੇ ਰਾਤ ਨੂੰ ਇੱਕ ਇੱਕ ਦੋ ਦੋ JCBਾਂ ਦਿਆ ਕਰੋ ਨਹਿਰਾਂ 'ਤੇ। 4-5 ਨਹਿਰਾਂ ਨੇ ਟਾਈਲਾਂ ਤੱਕ, ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਹੈ ਜੀ। ਇੱਕ ਇੱਕ ਨਹਿਰ ਦੇ ਉੱਤੇ ਇੱਕ ਇੱਕ JCB ਦਿੱਤੀ ਹੋਵੇ ਅਤੇ ਰਾਤ ਨੂੰ ਆ ਨਹਿਰ ਟੁੱਟਣੋਂ ਬਾਜੇ, ਜਿਹੜੀਆਂ ਤੁਸੀਂ ਨਹਿਰ ਟੁੱਟਣ ਦੇ ਉੱਤੇ
ਤਿੰਨ ਤਿੰਨ ਜੇਸੀਬੀਆਂ ਲਾਉਂਦੇ ਜੇ, ਚਾਰ ਚਾਰ ਦਿਨ ਨਹਿਰ ਬੰਨਣ ਦਾ ਕੰਮ ਕਰਦੇ ਜੇ। ਉਹੀ ਜੇ ਰਾਤ ਨੂੰ ਜਦੋਂ ਪਤਾ ਲੱਗਦਾ ਮੌਸਮ, ਅੱਜ ਦੇ ਟਾਈਮ 'ਚ ਤਾਂ ਦੋ ਚਾਰ ਦਿਨ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਮੌਸਮ ਖਰਾਬ ਹੈ। ਜੇ ਤੁਸੀਂ ਪਹਿਲਾਂ ਸੰਭਾਲੋ ਰਾਤ, ਆਪਦੀ ਬੇਲਦਾਰਾਂ ਨੂੰ ਡਿਊਟੀ ਲਾਓ, ਨਾਲ ਇੱਕ ਇੱਕ ਜੇਸੀਬੀ ਦਿਓ ਵੀ ਕਿਤੋਂ ਵੀ ਕੋਈ ਦਿੱਕਤ ਆਉਂਦੀ ਜੇਸੀਬੀ ਨਾਲ ਕੱਢਿਓ, ਅਤੇ ਆਹ ਦਿੱਕਤ ਹੀ ਨਹੀਂ ਆਉਂਦੀ। ਤਾਂ ਸੁੱਕੇ ਜਿਹੜੇ ਦਰਖਤ ਨੇ ਇਹ ਵੀ ਕਟਾ ਦਿਓ, ਜੇ ਨਹੀਂ ਕਟਾਏ ਫਿਰ ਨਾ ਕਿਹੋ, ਫਿਰ ਕਿਸਾਨ ਜਾਣਦੇ ਆ ਕਿਵੇਂ ਕੱਢਣਾ। ਫਿਰ ਸਾਨੂੰ ਚਿੱਠੀਆਂ ਦੀ ਲੋੜ ਨਹੀਂ, ਨਾ ਸਾਨੂੰ ਚਿੱਠੀ ਉੱਤੇ ਪਾਉਣ ਦੀ ਲੋੜ, ਸਾਨੂੰ ਤਾਂ ਫਿਰ ਟੋਚਨ ਵੀ ਤਿਆਰ ਆ ਅਤੇ ਟਰੈਕਟਰ ਵੀ ਤਿਆਰ ਆ। ਅਤੇ ਫਿਰ ਜਿਹੜਾ ਪਿੰਡਾਂ ਜਾ ਕੇ ਕਹੂਗਾ ਵੀ ਆ ਤੁਸੀਂ ਦਰਖਤ ਪੱਟ ਕੇ ਲਿਆ, ਫਿਰ ਉਹਨੂੰ ਜਵਾਬ ਉਹਨੂੰ ਇੱਕ ਤੁਹਾਨੂੰ ਹੋਰ ਗੱਲ ਕਰਾਂ, ਜਿਹੜੇ ਐਂ ਕਰਕੇ ਪੁੱਛਣ ਆਉਣਗੇ ਉਹਦਾ ਹਾਲ ਵੀ ਅਸੀਂ ਬੀਜੇਪੀ ਵਾਲਾ ਹੀ ਕਰਨਾ ਆ, ਜਿਹੜੇ ਸਾਨੂੰ ਆ ਪੁੱਛਣਗੇ ਵੀ ਆ ਸੁੱਕੇ ਦਰਖਤ ਕਿਵੇਂ ਪੱਟ ਕੇ ਲੈ ਗਏ ਜੀ। ਧੰਨਵਾਦ ਜੀ। ਅੱਜ ਰਾਤ ਜਿਹੜਾ ਤੇਜ਼ ਹਨੇਰੀ ਕਰਕੇ ਜਿਹੜਾ ਤਾਜਾ ਪੱਟੀ ਯੂਪੀ ਸਵੀਡਰ ਦੇ ਜਿਹੜੇ ਚਾਰ ਪੋਲ ਹੈ ਉਹ ਟੁੱਟ ਕੇ ਇੱਕ ਜੋੜਾ ਹੈ। ਇਹਦੇ ਨਾਲ ਜਿਹੜੀ ਹੈ ਚਾਰ ਪਿੰਡਾਂ ਦੀ ਸਪਲਾਈ ਅਤੇ ਲਗਭਗ 30 ਜਿਹੜੀ ਢਾਣੀਆਂ ਸਪਲਾਈ ਪ੍ਰਭਾਵਿਤ ਹੋਈ ਹੈ। ਇਹ ਤੜਕੇ ਹਨੇਰੀ ਕਰਕੇ ਜਿਹੜੇ ਅਸੀਂ ਫੀਡਰ ਚਲਾਉਣ ਤੋਂ ਪਹਿਲਾਂ ਪੈਟਰੋਲਿੰਗ ਕਰਦੇ ਹਾਂ, ਤਾਂ ਅੱਜ ਤੜਕੇ 5:30 ਮੇਰੇ ਦੁਆਰਾ ਪੈਟਰੋਲਿੰਗ ਕੀਤੀ ਜਾ ਰਹੀ ਸੀ। ਸਾਨੂੰ ਜਿਹੜਾ ਪਤਾ ਲੱਗਿਆ ਸੀਗਾ ਇਹ ਜਿਹੜੀ ਹਵੋਰ ਰੋਡ ਹੈ ਪਿੰਡ ਤਰਾਂਗਲੇ ਤੋਂ ਅਰਨੀ ਵਾਲੇ ਤੋਂ ਹਵੋਰ ਰੋਡ ਜਿਹੜੀ ਲਿੰਕ ਰੋਡ ਉਹ ਪੂਰੀ ਤਰ੍ਹਾਂ ਜਿਹੜੀ ਉਹ ਮਤਲਬ ਰਸਤਾ ਜਿਹੜਾ ਜਾਮ ਹੋ ਗਿਆ ਸੀਗਾ। ਹੁਣ ਅਸੀਂ ਸਾਡੇ ਸਟਾਫ ਦੇ ਦੁਆਰਾ ਜਿਹੜਾ ਉਹ ਰਸਤਾ ਜਿਹੜਾ ਕਲੀਅਰ ਕਰਵਾ ਦਿੱਤਾ ਗਿਆ, ਅਤੇ ਸਾਡੇ ਅਧਿਕਾਰੀਆਂ ਤੋਂ ਵੀ ਜਿਹੜੀ ਇਹਦੀ ਸੂਚਨਾ ਜਿਹੜੀ ਦੇ ਦਿੱਤੀ ਗਈ ਹੈ, ਅਤੇ ਜਲਦੀ ਜਿਹੜਾ ਇਹ ਸਪਲਾਈ ਜਿਹੜੀ ਅੱਜ ਲਗਭਗ 4:00-5:00 ਤੱਕ ਅਸੀਂ ਜਿਹੜੀ ਸਪਲਾਈ ਬਹਾਲ ਕਰ ਦਾਂਗੇ। ਧੰਨਵਾਦ।